ਟਿਕਰੀ ਬਾਰਡਰ ਤੇ ਅਸੀਂ ਮੌਜੂਦ ਆ ਇੱਥੇ 70 70 80 80 ਸਾਲਾਂ ਦੇ ਬਜ਼ੁਰਗ ਜਿਨ੍ਹਾਂ ਦੀ ਬਦੌਲਤ ਇਹ ਮੋਰਚਾ ਜਿੱਤਿਆ ਗਿਆ ਹੈ ਖੇਤੀ ਕਾਨੂੰਨ ਇਹਨਾਂ ਨੇ ਰੱਦ ਕਰਾਏ ਨੇ ਸਾਡੇ ਨਾਲ ਬਾਬਾ ਭਰਪੂਰ ਸਿੰਘ ਜੀ ਨੇ ਇਹਨਾਂ ਨਾਲ ਗੱਲਬਾਤ ਕਰਦੇ ਆ 70 ਤੋਂ ਵੱਧ ਇਹਨਾਂ ਦੀ ਉਮਰ ਹੈ ਪਰ ਇਹਨਾਂ ਦਾ ਜੋਸ਼ ਜਜ਼ਬਾ ਵੇਖਣ ਲਾਇਕ ਹੈ ਬਾਬਾ ਜੀ ਸਤਿ ਸ਼੍ਰੀ ਅਕਾਲ ਪੰਜਾਬ ਤੱਕ ਤੇ ਤੁਹਾਡਾ ਸਵਾਗਤ ਹੈ ਸਤਿ ਸ਼੍ਰੀ ਅਕਾਲ ਬਤਾ ਤੇ ਕਿਵੇਂ ਬਾਬਾ ਜੀ ਮੋਰਚਾ ਕਿਵੇਂ ਜਿੱਤਿਆ ਤੁਸੀਂ ਮੋਰਚਾ ਤਾਂ ਭਾਈ ਸਾਨੂੰ ਤਾਂ 12 ਮਹੀਨੇ ਬੈਠੇ ਨੂੰ ਮੀਂਹ ਉੱਤੋਂ ਦੀ ਹੁੰਦੀ ਨੇ ਨੇਹਰੀਆਂ ਇੱਥੋਂ ਦੀ ਤੁਹਾਨੂੰ ਤਾਂ ਇਹ ਜਿੱਤੀ ਦੇ ਨਹੀਂ ਹੁਣ ਬਸ ਖਬਰ ਹੈ ਕਿ ਨਹੀਂ ਜਿੱਤਲੇ ਮਸਾ ਜਿੱਤੇ ਤੂੰ ਹੀ ਆਗੇ ਪੁੱਤ ਤਾ ਜਿੱਤਿਆ ਜੇ ਥਣ ਤਾਂ ਅੱਜ ਮਸਾ ਹੌਸਲਾ ਵੀ ਕਰੇ ਵਗ ਜੇ ਪਰ ਸੋਚੋ ਤੇ ਨੂੰ ਅੱਜ ਤਾਂ ਚਾਹ ਚੜ ਗਿਆ ਮੈਨੂੰ ਮੈਂ ਤਾਂ ਐਸੀ ਪੁੱਤ ਫੱਗਣ ਚ ਮੁਕੂ ਹੈ ਵੀ ਪਹਿਲਾਂ ਨਿਬੜ ਗਿਆ ਚੱਲ ਵਧੀਆ ਬੇਟਾ ਮੈਂ ਤਾਂ 2 ਮਹੀਨੇ ਮਾਨਸਾ ਬੈਠ ਰਹੇ ਗੱਡੀ ਦੀ ਰੀਤ 15 ਮਹੀਨੇ ਹੋ ਗਏ ਬਾਪੂ ਨੂੰ ਤਾਂ ਪੂਰੇ ਬੈਠੇ ਨੂੰ 2 ਦਿਨ ਕੱਟ ਰਹੇ ਜੀ ਦੋ ਮਹੀਨੇ ਮਾਰਤਾ ਸਾਢੇ 12 ਮਹੀਨੇ ਇੱਥੇ ਹੋ ਗਏ ਬੈਠੇ ਨੇ ਘਰੇ ਨਹੀਂ ਗਿਆ ਬਾਪੂ ਇੱਕ ਦਿਨ ਮੇਰੀ ਪੋਤੀ ਕਹਿੰਦੀ ਬਾਪੂ ਆ ਜਾ ਮਰ ਜੇਗਾ ਮਰ ਜੂ ਤਾਂ ਮਰ ਜਾਣੇ ਮੈਂ ਇੱਥੇ ਰਹ ਹੁਣ ਹੌਸਲਾ ਹੋ ਗਿਆ ਪੁੱਤ ਹਾਂ ਬੇਟਾ ਮੈਨੂੰ ਕੋਈ ਕਹਿ ਰਿਹਾ ਸੀ ਇਸੇ ਦੱਸ ਰਿਹਾ ਸੀ ਕਿ ਜਦੋਂ ਇੱਥੇ ਮੀਂਹ ਚੱਕਰ ਆਂਦਾ ਹੈ ਤੇ ਦੋ ਵਾਰੀ ਤੁਹਾਡਾ ਟੰਬੂ ਡਿੱਗ ਗਿਆ ਤੇ ਬੜੀ ਮੁਸ਼ਕਲ ਹੋਈ ਤੁਹਾਨੂੰ ਬੜੀ ਮੁਸ਼ਕਲ ਆ ਕੱਢਿਆ ਉਸ ਟੰਬੂ ਚੋਂ ਪੁੱਤ ਮੈਂ ਤਾਂ ਥੱਲੇ ਡਿੱਗ ਪੈ ਤੰਬੂ ਦੇ ਦੂਜੇ ਭੱਜ ਕੇ ਉੱਤੇ ਨਿੰਮਣ ਫੇਰ ਮੈਂ ਤਾਂ ਵਿਚਦੀ ਹੱਥ ਪਾਵਾ ਨੇ ਗੜੇ ਰੇ ਕਿਦੇ ਸੀ ਮੈਨੂੰ ਤਾਂ ਪਾਲਾ ਚੜ ਗਿਆ ਉਹਦੀ ਮਰੀ ਜਾਂ ਫੇਰ ਉਹਨੇ ਗਿਜਾਈ ਦਿੱਤੀ ਫੇਰ ਬੈਠਾ ਉੱਥੇ ਮੈਂ ਹਾਂ ਪੁੱਤ ਬੜਾ ਔਖੇ ਰਹੇ ਪੁੱਤ ਇਹ ਤਾਂ ਮੀਂਹ ਆਉਂਦਾ ਨਾ ਨੇਰੀ ਆਉਂਦੀ ਆਏ ਲੱਗਦਾ ਵੀ ਤੰਬੂ ਤੇ ਸਾਰੇ ਡਿੱਗਣਗੇ ਬੜਾ ਮੀਂਹ ਪੈਂਦਾ ਬੜਾ ਨੇਰੀਆਂ ਦੇ ਪੁੱਤ ਸਾਡਾ ਤਾਂ ਟਾਈਮ ਬਾਬੇ ਨਾਨਕ ਨੇ ਚ ਪਾਇਆ ਉਹਨੇ ਵਿਚਾਰ ਤੇ ਨਹੀਂ ਤਾਂ ਸਾਰੇ ਮਰ ਜਾਂਦੇ ਚੂੜੀਆਂ ਨੂੰ ਅੱਗ ਵੀ ਲੱਗ ਜਾਂਦੀ ਹੈ ਪੁੱਤ ਸਾਰਾ ਕੁਝ ਹੀ ਜਾਂਦਾ ਬੇਟਾ ਇੱਥੇ ਬਾਪੂ ਜੀ ਨੌਜਵਾਨਾਂ ਨੂੰ ਤੁਹਾਡੇ ਤੇ ਬੜਾ ਮਾਣ ਹੈ ਸਾਡੇ ਵਰਗੇ ਨੌਜਵਾਨ ਸਾਡੇ ਬੱਚੇ ਪੁੱਤ ਤੁਸੀਂ ਬਜ਼ੁਰਗ ਢਾਲ ਬਣੇ ਹੋ ਇਸ ਮੋਰਚੇ ਦੀ ਤੁਹਾਡੇ ਕਾਰਨ ਇਹ ਮੋਰਚਾ ਜਿੱਤਿਆ ਗਿਆ ਨੌਜਵਾਨ ਤਾਂ ਫਿਰ ਘਰਾਂ ਨੂੰ ਚਲੇ ਜਾਂਦੇ ਸੀ ਤੁਸੀਂ ਇੱਥੇ ਬੈਠੇ ਹੋ ਨਾ ਪੁੱਤ ਸਾਡਾ ਜੀ ਨਹੀਂ ਕਰਦਾ ਸੀ ਵੀ ਜਿਹੜੇ ਸਾਡੇ 4-4 ਕਿੱਲੇ ਆ ਮੋਦੀ ਖੋਲੂ ਬਾਦਲ ਖੋਲੂ ਕੈਪਟਨ ਖੋਲੂ ਅਸੀਂ ਨਹੀਂ ਜਾਂਦੇ ਮਰ ਜਾਂਗੇ ਇੱਥੇ ਜਾਣਦੇ ਨੇ 700 ਬੰਦਾ ਅੱਗੇ ਮਰ ਗਏ ਸਾਡੇ ਅਸੀਂ ਮਰ ਜਾਂਦੇ ਸਾਨੂੰ ਕਿੱਥੇ ਫਰਕ ਪੈਂਦਾ ਸੀ ਤੁਹਾਡੇ ਆਪਦੇ ਬੱਚਿਆਂ ਦੀ ਰੋਟੀ ਪਕਾਤੀ ਭਾਈ ਦੋ ਦੋ ਕਿੱਲੇ ਬਚਾ ਲੇ ਤੇ ਬਾਬਾ ਜੀ ਇਹ ਪਿੰਡ ਕੈਲੀਫੋਰਨੀਆ ਤੋਂ ਤੁਸੀਂ ਬੜਾ ਸੋਹਣਾ ਵਸਾਇਆ ਇੱਥੇ ਤਾਂ ਤੁਸੀਂ ਅਮਰੀਕਾ ਵਰਗਾ ਮੋਜਾ ਲੈਂਦੇ ਪਏ ਤੇ ਚੰਨ ਕਰੇ ਵੀ ਨਹੀਂ ਨਾ ਕੋਸ ਮਿਲਦਾ ਚੰਗੇ ਆਦੇ ਪਾਉਣੇ ਚੰਗੇ ਤੜਕੇ ਲੋਨੇ ਚੰਗੀ ਸਬਜੀ ਉਹਨੇ ਵਧੀਆ ਬੇਟਾ ਮਾ ਉਹ ਜੇ ਸਾਨੂੰ ਤਾਂ ਆਪਦੇ ਘਰ ਆ ਇੱਥੇ ਅਸ ਤਾਂ ਫੇਰ ਵੀ ਮੁੜ ਕੇ ਆਵਾਂਗੇ ਭਾਈ ਜਿੱਤ ਕੇ ਮੈਂ ਤਾਂ ਫੇਰ ਆਪਦੇ ਘਰੇ ਆਇਆ ਕਰੂੰ ਇੱਥੇ ਮੇਰਾ ਨਹੀਂ ਪਿੰਡ ਦੀਰੇ ਕਿਹੜਾ ਘੱਟੀ ਚ ਜੜ ਕੇ ਪੁੱਤ ਫੇਰ ਆਇਆ ਕਰ ਇਹ ਤੇ ਕੀ ਕੀ ਰਿਸ਼ਤੇ ਬਣਾ ਲੈਨੇ ਤੇ ਕੀ ਕਹਿੰਦੇ ਨੇ ਤੁਹਾਨੂੰ ਤੇਰੀ ਪੁੱਤ ਮੈਂ ਤਾਂ ਇੱਥੇ ਆਪਣੇ ਮੁੰਡੇ ਆ ਮੈਂ ਤਾਂ ਦੋ ਵਿਆਹਾਂ ਤੇ ਜਾਇਆ ਇੱਕ ਇੱਧਰ ਜਾਏ ਕਿੱਧਰ ਜਾਏ ਮਖਾ ਬਈ ਬੱਚਿਆਂ ਨੂੰ ਸਲਾਮੀ ਦੇ ਦੇ ਮੈਂ ਸਲਾਮੀ ਦੇਣ ਲੱਗੇ 5-500 ਕੱਢਿਆ ਉਹ ਕਹਿੰਦੇ ਬਾਪੂ ਖੜ ਜਾ ਦੇਸੀ ਕਿਉਂ ਉਹਦੇ ਲੱਡੂ ਬਾਪੂ ਤੂੰ ਰਖਾਉ ਜੇ ਪੈਸੇ ਮੇਰੇ ਜੇਬ ਵਿੱਚ ਪਾ ਦੇ 100 ਰੁਪਿਆ ਮੈਨੂੰ ਸਲਾਮੀ ਦਾ ਦਿੱਤਾ। ਬਾਗੜੀਆਂ ਨੇ 100 ਰੁਪਿਆ ਦੇਸੀ ਘਾ ਦੇ ਕੇਲੇ ਕੋਲੇ ਲੱਡੂ ਦਿੱਤੇ। ਮੈਂ ਤਾਂ ਪੁੱਤ ਉਹੜੇ ਨਹੀਂ ਕਿ ਫੇਰ ਅੱਧਿਆ दारू ਦਰ ਲੈ ਪੀ ਲਿਆ ਮੈਂ ਸੱਚੀ ਗੱਲ ਹੈ। ਥੋੜ ਗੱਪ ਨਹੀਂ ਮਾਰਦਾ ਬਾਪੂ ਨਾ ਸੱਚੀ ਗੱਲ ਨਾ ਬਈ। ਮੇਰੇ ਤਾਂ ਘਰ ਬਣ ਗਿਆ ਪੁੱਤ। ਆਪਦੇ ਬੱਚੇ ਇੱਥੇ ਆ ਜਾਣਗੇ ਪੈਰੀ ਹੱਥ ਲਾਉਣਗੇ ਉਹਨਾਂ ਦੇ ਵਿਆਹ ਸਾਡੇ ਵੀ ਜਾਇਆ ਘਰੇ ਮੈਂ ਵੀ ਇਹਨਾਂ ਨਾਲ ਵਰਤਿਆ ਕੇ ਸਾਡੇ ਧੀ ਪੁੱਤ ਆਪਦੇ ਬਣ ਗਏ। ਇਹ ਹਰਿਆਣਾ ਨਹੀਂ ਪੰਜਾਬ ਯਾ ਪਤਾ ਅਸੀਂ ਇਹ ਛੋਟਾ ਭਰਾ ਸੀ ਅਸੀਂ ਵੱਡੇ ਬਣ ਗਏ ਹੁਣ ਤਾਂ ਆਪਦੇ ਧੀ ਪੁੱਤ ਹੈ ਹਰਿਆਣੇ ਦਾ ਤਾਂ ਅਸੀਂ ਕੁਝ ਦੇ ਹੀ ਨਹੀਂ ਸਕਦੇ ਹਰਿਆਣੇ ਤਾਂ ਚਿੜੀਆਂ ਦਾ ਦੁੱਧ ਪਿਆ ਤੇ ਰਹਿਣੇ ਕੋਈ ਬੰਦਾ ਕੀ ਰਹਿਣੇ ਦੇ ਦੇਣ ਤਾਂ ਦੇ ਹੀ ਨਹੀਂ ਸਕਦੇ ਸਾਰੀ ਮੇਰੇ ਤੇ ਪ੍ਰਧਾਨ ਮੰਤਰੀ ਮੋਦੀ ਨੂੰ ਕੀ ਕਹੋਗੇ ਤੁਸੀਂ ਮੋਦੀ ਨੂੰ ਤਾਂ ਭਾਈ ਹੁਣ ਕਾਣੂ ਜਿੱਤ ਗਏ ਹੁਣ ਤਾਂ ਕਾਣੂ ਕੋ ਸਕੇ ਨਾ ਕਿ ਤਾਂ ਮੁਰਦਾਬਾਦ ਹੀ ਕਹਿੰਦੇ ਪੁੱਤ ਹੁਣ ਤਾਂ ਕਾਣੂ ਬਣਾਉਣੇ ਬੱਪੂ ਤੇ ਇਧਰ ਪੰਜਾਬ ਦੇ ਤੁਸੀਂ ਕੈਪਟਨ ਅਮਰਿੰਦਰ ਸਿੰਘ ਨੂੰ ਸਿੱਧੂ ਨੂੰ ਬਾਦਲ ਨੂੰ ਨਵੇਂ ਚੰਨੀ ਸਾਹ ਪਰ ਵਾਰ ਹੀ ਉਹਨਾਂ ਨੂੰ ਕਾਹਨੂੰ ਯਾਦ ਕਰਦੀਆਂ ਪੁੱਤ ਇਹ ਇਹਨਾਂ ਨੇ ਤਾਂ ਮਾਰੇ ਆਂ ਬਾਦਲ ਨੇ ਮਾਰੇ ਆਂ ਕੈਪਟਨ ਨੇ ਮਾਰੇ ਆਂ ਨੰਗ ਕਰ ਤੇ ਬਾਦਲ ਤਾਂ ਸਭ ਤੋਂ ਦੁਨੀਆ ਤੇ ਨਹਿਰਾ ਚ ਕਹਿੰਦਾ ਉਹ ਗੱਡੀਆਂ ਚੱਲੀਆਂ ਆ ਨਹਿਰਾ ਚ ਗੱਡੀਆਂ ਚਲਾਉਂਦੀਆਂ ਇੱਥੇ ਬੁੜਿਆ ਤੇ ਬਾਦਲ ਕਹਿੰਦਾ ਚੁੱਪ ਕਰ ਜੋ ਨਹਿਰਾ ਚ ਗੱਡੀਆਂ ਚੱਲੀਆਂ ਤਸਵੀਰਵਾਲ ਆ ਨਹਿਰਾ ਚ ਗੱਡੀਆਂ ਚਲਾਉਂਦੇ ਆ ਸਾਰਾ ਪੰਜਾਬ ਵੇਚ ਕੇ ਖਾ ਗਿਆ ਬਾਦਲ ਤਾਂ ਨਾ ਮੇਰਾ ਗਮੰਡੀ ਆ ਪੁੱਤ ਸਾਡਾ ਗਮੰਡੀ ਆ ਬਾਦਲ ਵਾਦਨੇ ਤਾਂ ਨਾਰਾਂ ਚਕੜੀਆਂ ਚਲਾਤੀਆਂ ਸਾਰਾ ਪੰਜਾਬ ਵੇਚ ਕੇ ਖਾਏ ਸਾਡੇ ਕਰਮ ਤੇ ਅਸੀਂ ਚਾਰ ਚਾਰ ਕਿੱਲੇ ਵਿਚਾਲੇ ਸੀ ਬੈਠ ਕੇ ਤੇ ਨੀਣ ਤਾਂ ਨਾਰਾਂ ਚਕੜੀਆਂ ਚਲਾਤੀਆਂ ਤੇ ਕੈਪਟਨ ਅਮਰਿੰਦਰ ਸਿੰਘ ਇਹ ਕਿਹੜਾ ਪੜਾ ਭਾਈ ਇਹਨਾਂ ਤਾਂ ਗੁਟਕਾ ਧਰ ਕੇ ਸਿਰ ਤੇ ਥੁੱਕ ਚੱਟ ਕੇ ਆਵਦਾਲ ਚੱਟ ਲੈਂਦੇ ਕਹਿੰਦਾ ਬੁੜੇ ਦੀ ਪੈਨਸ਼ਨ ਕਰੂ 2500 ਕਰਤੀ ਬਗੜਾੜੀ ਚ ਇਹਨੇ ਮੁੰਡੇ ਮਰਵਾਤੇ ਕੋਈ ਪੜਾ ਨਹੀਂ ਇਹਨਾਂ ਚ ਪੁੱਤ ਨਾ ਤੇ ਅੱਜ ਨਵੇਂ ਚਰਨਜੀਤ ਸਿੰਘ ਚੰਨੀ ਨਵੇਂ ਮੋਕ ਮੰਤਰੀ ਦੇਖੋ ਭਾਈ ਇਹ ਤਾਂ ਕੀ ਕਰੂ ਖੜਿਆ ਇਹਨਾਂ ਦਾ ਭਰਾ ਹੀ ਹੋਏ ਹਾਜੀ ਜਿੱਤੇ ਪਤਾ ਲੱਗੂ ਜੇ ਕੋਈ ਲੋਕਾਂ ਦੇ ਫਾਇਦੇ ਦੀ ਗੱਲ ਕਰੂ ਬੜਿਆ ਹਾਂ ਲੱਗਿਆ ਜੀ ਹਾਂ ਫੇਰ ਮੈਂ ਤੁਹਾਡਾ ਹਾਜੀ ਕੋਈ ਚੰਗਰੀ ਹਾਂ ਤੇ ਨਵਜੋਤ ਸਿੰਘ ਸਿੱਧੂ ਭਾਈ ਕੋਈ ਨਹੀਂ ਪੜਾ ਹਜੇ ਤਾਂ ਪੁੱਤ ਮੈਂ ਜੇ ਸਾਡੇ ਪੱਖ ਤੇ ਹੂਨ ਭਲਾ ਆਖਾਂਗੇ ਨਾ ਕਿਸੇ ਨੂੰ ਕਹਿੰਦੇ ਹਜੇ ਤਾਂ ਤੇ ਆ ਜਿਹੜੇ ਹੁਣ ਤੁਹਾਡੇ ਗਵਾਂਡੀ ਨਵੇਂ ਬਣੇ ਨੇ ਅਰਵਿੰਦ ਕੇਚਰੀਵਾਲ ਪੰਜਾਬ ਵੀ ਆ ਜਾਂਦੇ ਨੇ ਉਹ ਠੀਕ ਲੱਗਦੇ ਭਾਈ ਨੇ ਤੁਹਾਨੂੰ ਭਾਈ ਸਾਨੂੰ ਤਾਂ ਹਜੇ ਜੇ ਕੋਈ ਫਾਇਦਾ ਕਰੂ ਫੇਰ ਠੀਕ ਲੱਗਣੀਆਂ ਪੁੱਤ ਸਾਨੂੰ ਤਾਂ ਕੋਈ ਠੀਕ ਨਹੀਂ ਲੱਗਦਾ ਜਿਵੇਂ ਬੰਦਿਆਂ ਨੇ ਸਿਆਸੀ ਪਾਰਟੀਆਂ ਹਾਂ ਫੇਰ ਠੀਕ ਲੱਗਣਗੇ ਥੋੜੇ ਜਾਨਾ ਪੜਾ ਦੱਸਦੇ ਪੁੱਤ ਨਹੀਂ ਨਹੀਂ ਬਾਬਾ ਜੀ ਤੁਸੀਂ ਬਹੁਤ ਚੰਗਾ ਬੋਲੇ ਤੇ ਬਹੁਤ ਚੰਗਾ ਲੱਗਾ ਤੁਹਾਡੇ ਨਾਲ ਗੱਲਬਾਤ ਕਰਕੇ ਕਿ ਤੁਸੀਂ ਅੰਦੋਲਨ 'ਚ ਡਟੇ ਰਹੇ ਤੇ ਅੰਦੋਲਨ ਤੁਹਾਡੇ ਬਦੌਲਤ ਹੀ ਜਿੱਤਿਆ ਗਿਆ ਬਹੁਤ ਬਹੁਤ ਧੰਨਵਾਦ ਸਾਡਾ ਗੱਲਬਾਤ ਕਰਨ ਲਈ ਅੰਦ ਹਾਂ ਤੀਹ ਹਾਲਾ ਵਿਚੜ ਜੇ ਮੈਂ ਅੱਜ ਥੋੜਾ ਜਿਹਾ ਉਸ ਰਾਹ ਗਿਆ ਪੋਤਿਆਂ ਨੂੰ ਯਾਦ ਆ ਗਿਆ ਮੈਂ ਪੋਤਿਆਂ ਕੋਲ ਜਾ ਵੜੀਆ ਜੀ ਖੁਸ਼ੀ ਚ ਆ ਗਿਆ ਬੇਟਾ ਕਿੰਨੇ ਪੋਤੇ ਪੋਤਰੀ ਨੇ ਤੁਹਾਡੇ ਮੇਰੇ ਜੋ ਪੋਤੇ ਐ ਇੱਕ ਪੋਤੀ ਐ ਭਾਈ ਚਾਰ ਮੁੰਡੇ ਮੇਰੇ ਕਿੰਨੇ ਕਿੰਨੇ ਸਾਲ ਦੇ ਨਪੋਤੇ ਪੋਤਰੀ ਪੋਤੀ ਤਾਂ ਹੈਗੀ 12 ਸਾਲ ਦੀ ਪੋਤਾ 9 ਸਾਲ ਦਾ ਵੀ 8 ਸਾਲ ਦਾ ਉਹ ਤਾਂ ਸ਼ਾਇਰ ਹੈ ਪੂਰੇ ਪਤਾ ਤੇ ਕੀ ਕਹਿੰਦੇ ਨੇ ਫਿਰ ਮੈਨੂੰ ਕਹਿੰਦੇ ਬਾਪੂ ਆ ਜਾ ਤੂੰ ਮਰਨਾ ਜੇ ਮਰਨਾ ਤੁਹਾਡੀ ਜ਼ਮੀਨ ਲੈ ਕੇ ਮੈਂ ਨਹੀਂ ਮਰਦਾ ਤੇ ਯਾਦ ਆਂਦੀ ਆ ਬਹੁਤ ਯਾ ਤਾ ਪੁੱਤ ਇਹਨੂੰ ਕੌਣ ਭੁੱਲਦਾ ਬਈ ਮੈਂ ਤਾਂ ਗਿਆ ਮੋਢਿਆਂ ਤੇ ਤਾ ਤੁਸੀਂ ਦੇ ਗਿਆ ਹੁਣ ਚੱਕ ਕੇ ਕਹਿੰਦੇ ਬਾਪੂ ਕੀ ਲਵਾਂਗਾ ਸਾਰਾ ਕੁਝ ਲਿਆ ਤੂੰ ਪੁੱਤ ਬਸ ਆਇਆ ਹੁਣ ਤਾਂ ਅੱਠ ਸੱਤ ਦਿਨ ਤੋਂ ਤੁਹਾਡੇ ਕੋਲੇ ਹਜੇ ਪੰਜ ਛੇ ਦਿਨ ਲੱਗ ਜਾਣਗੇ ਬੇਟਾ ਹਾਂ ਬਗ ਜਾਣਗੇ ਚਲੋ ਠੀਕ ਹੈ ਬਹੁਤ ਬਹੁਤ ਬਾਬਾ ਜੀ ਧੰਨਵਾਦ ਗੱਲਬਾਤ ਕਰਨ ਦੇ ਲਈ ਤੇ ਤੁਸੀਂ ਸਾਰੇ ਦੇਖਦੇ ਰਹੋ ਪੰਜਾਬ ਤੱਕ ਐਸੀ ਤਰ੍ਹਾਂ ਤੁਹਾਨੂੰ ਟਿਕਰੀ ਸਿੰਘੂ ਬਾਰਡਰ ਤੋਂ ਕਿਸਾਨਾਂ ਦੀ ਖਬਰਾਂ ਤੁਹਾਡੇ ਤੱਕ ਪਹੁੰਚਾਉਂਦੇ ਆ ਤੇ ਇਸੇ ਤਰੀਕੇ ਨਾਲ ਪੰਜਾਬ ਦਾ ਮਾਹੌਲ ਪੰਜਾਬ ਦੇ ਹਾਲਾਤ ਤੁਹਾਡੇ ਤੱਕ ਸਭ ਤੋਂ ਪਹਿਲਾਂ ਦੇਖਦੇ ਰਹੋ ਪੰਜਾਬ ਤੱਕ ਸਤਿ ਸ੍ਰੀ ਅਕਾਲ